ਸ਼ਮਸ਼ੇਰ ਗਲਾੜ ਜੀ ਕਿੱਥੋਂ ਲੈ ਕੇ ਆਉਂਦੇ ਸੀ? ਕੈਂਥਲ ਤੋਂ ਲਿਆਏ ਸੀ, ਉਹ ਰਿਸ਼ਤੇਦਾਰ ਸੀ, ਉਹਨਾਂ ਨੇ ਬਸ ਦੇ ਤੇ ਪਹਿਲੀ ਵਾਰੀ ਗਏ ਸੀ, ਗਲਤੀ ਹੋ ਗਈ, ਸਾਨੂੰ ਕੁਝ ਪਤਾ ਨਹੀਂ। ਕੀ ਨਾਂ ਹੈ ਤੁਹਾਡੇ ਰਿਸ਼ਤੇਦਾਰ ਦਾ? ਰਾਜਵੀਰ ਜੀ। ਕਿੰਨੀ ਦੇਰ ਤੋਂ ਕੰਮ ਕਰਦਾ ਉਹ ਤਾਂ ਸਾਨੂੰ ਕੁਛ ਵੀ ਨੀ ਪਤਾ, ਨਹੀਂ ਮੈਂ ਤਾਂ ਕਦੇ ਗਿਆ ਵੀ ਨੀ ਸੀ ਪਹਿਲਾਂ ਹੀ। ਅੱਛਾ, ਕਿੰਨੇ ਪੈਸੇ ਲੈ ਕੇ ਆਏ ਸੀ ਹੁਣ? 8 ਸੀ। ਹਾਂਜੀ। ਕਿੰਨੇ ਚਲਾਤੇ ਤੁਸੀਂ ਇਹਦੇ ਚੋਂ? ਇਹਨਾਂ ਨੂੰ ਲਿਆ ਕੇ ਦੇਤੇ ਸੀ, ਅੱਗੇ ਚਲਾਤੇ। ਹਾਂਜੀ। ਫਿਰ ਅੱਗੇ ਤੋਂ ਆਸ ਹੋ ਰਹੀ, ਗਲਤੀ ਹੋ ਗਈ ਬਹੁਤ ਵੱਡੀ, ਪਹਿਲੀ ਵਾਰ ਸਾਨੂੰ ਕੁਛ ਪਤਾ ਹੀ ਨਹੀਂ ਸੀ, ਗਰੀਬ ਬੰਦੇ ਹੀ, ਬਸ ਮਾਫ਼ ਕਰ। ਜਾਲੀ ਕਰੰਸੀ ਤੁਹਾਨੂੰ ਪਤਾ ਨਹੀਂ ਸੀ ਇਹਦੇ ਬਾਰੇ? ਬਸ ਮਾਫ਼ ਕਰ ਦਿਓ, ਗਲਤੀ ਹੋ ਗਈ ਜੀ ਬਸ। ਇਹਨਾਂ ਨੂੰ ਕਦੋਂ ਪਤਾ ਲੱਗਿਆ ਵੀ ਇਹ ਜਾਲੀ ਕਰੰਸੀ ਹੈ? ਸਾਨੂੰ ਜਦੋਂ ਲਿਆ ਕੇ ਚਲਾਉਣ ਲੱਗੇ ਪਤਾ ਲੱਗਿਆ ਜੀ। ਕੀ ਲੱਗਿਆ ਪਤਾ? ਕਿ ਹੈ ਹੀ ਨਕਲੀ ਨੇ, ਨਾਲ ਵੈਸੇ ਵੀ ਗਲਤੀ ਹੋ ਗਈ ਬਸ ਜੀ। ਤੇਲ ਪਾਉਣ ਗਏ ਸੀ? ਤੇਲ ਪਾਉਣ? ਤੇਲ ਪਾਉਣ ਗਿਆ ਸੀ ਆਈ। ਅੱਛਾ। ਹਾਂਜੀ। ਜਾਣ ਕੇ ਜਵਾਬ ਦੇ ਰਹੇ ਹੈ। ਚੱਕੀ ਦੇ ਭੈੜੇ ਪੁਰਸਾਂ ਦੇ ਸੰਬੰਧ ਵਿੱਚ ਪਿੰਡ ਟਾਬੀ ਗੁਜਰਾ ਸਰਕਾਰੀ ਹਾਈ ਸਕੂਲ ਦੇ ਕੋਲ ਖੜੇ ਸੀ। ਉੱਥੇ ਮੁੱਖ ਪ੍ਰਸ਼ਾਸਨ ਨੇ ਇਤਲਾਹ ਦਿੱਤੀ, ਜਿਸ ਦੀ ਇਤਲਾਹ ਦੇ ਉੱਤੇ ਅਸੀਂ ਨਾਕਾਬੰਦੀ ਕੀਤੀ। ਉਹਨੇ ਇਤਲਾਹ ਦਿੱਤੀ ਸੀ ਵੀ ਜਿਹੜੇ ਮਤਲਬ ਵੀ ਆਪਣਾ ਸ਼ਮਸ਼ੇਰ ਸਿੰਘ ਉਰਫ ਬੱਬੂ, ਪੁੱਤਰ ਰਾਮਦਾਸ, ਸੰਦੀਪ ਕੁਮਾਰ ਪੁੱਤਰ ਸੁਖਦੇਵ ਕੁਮਾਰ ਉਰਫ ਸੁੱਖੂ ਅਤੇ ਤੀਜਾ ਸੰਦੀਪ ਕੁਮਾਰ ਪੁੱਤਰ ਪੱਪੂ ਰਾਮ ਪਿੰਡ ਕੁਲਾੜ ਦੇ ਰਹਿਣ ਵਾਲੇ ਨੇ। ਇਹ ਮਤਲਬ ਇੱਕ ਰਿਸ਼ਤੇਦਾਰ ਹੈ ਜਿਹੜਾ ਸ਼ਮਸ਼ੇਰ ਸਿੰਘ ਬੱਬੂ ਦਾ, ਰਾਜਵੀਰ ਪੁੱਤਰ ਸਰਦਾਰ ਉਰਫ ਪ੍ਰਕਾਸ਼, ਵਾਸੀ ਪਿੰਡ ਸਿੰਘਪੁਰਾ ਤਹਿਸੀਲ ਅਤੇ ਜ਼ਿਲ੍ਹਾ ਪਾਣੀਪਤ ਦਾ ਰਹਿਣ ਵਾਲਾ। ਉੱਥੋਂ ਮਤਲਬ ਇਹ ਕਰੰਸੀ ਨੋਟ ਲਿਆ ਕੇ ਜਾਲੀ ਅਤੇ ਅਸਲੀ ਕਰੰਸੀ ਦੇ ਵਿੱਚ ਇੱਥੇ ਚਲਾਉਂਦੇ ਨੇ, ਅਤੇ ਜਿਸ ਦੇ ਆਧਾਰ 'ਤੇ ਉਹਨਾਂ ਦੱਸਿਆ ਵੀ ਅੱਜ ਵੀ ਇਹਨਾਂ ਨੇ ਪੈਟਰੋਲ ਪੰਪ ਜਿਹੜਾ ਤਰੁਣ HP ਪੈਟਰੋਲ ਪੰਪ ਹੈ ਉੱਥੇ 100 ਰੁਪਏ ਦਾ ਤੇਲ ਪਵਾਇਆ ਅਤੇ ਤੇਲ ਪਵਾ ਕੇ ਉਹਦੇ ਨਾਲ ਠੱਗੀ ਕੀਤੀ ਹੈ। ਅਤੇ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਏ ਬਸ ਅੱਡਾ ਢਾਬੀ ਗੁਜਰਾਂ ਵਿਖੇ ਤਾਂ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ, ਜਿਸ ਦੇ ਆਧਾਰ 'ਤੇ ਅਸੀਂ ਪਿੰਡ ਢਾਬੀ ਗੁਜਰਾਂ ਦੇ ਅੱਡੇ 'ਤੇ ਨਾਕਾਬੰਦੀ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 10 ਨੋਟ ਜਾਲੀ ਜਿਹੜੇ ਨੇ ਇੱਕੋ ਨੰਬਰ 'ਤੇ ਉਹ ਬਰਾਮਦ ਕੀਤੇ ਅਤੇ 100 ਰੁਪਇਆ ਜਿਹੜਾ ਆਪਣਾ ਪੈਟਰੋਲ ਪੰਪ ਤੋਂ ਜਿਹੜਾ ਤੇਲ ਪਵਾਇਆ ਸੀ ਉਹਨੂੰ ਵੀ ਕਬਜ਼ੇ 'ਚ ਲਿਆ ਅਤੇ ਇਹਨਾਂ ਦੇ ਵਿਰੁੱਧ ਜਿਹੜਾ ਮੁਕੱਦਮਾ ਦਰਜ ਕੀਤਾ। ਅੰਡਰ ਸੈਕਸ਼ਨ ਇਹਨਾਂ ਦੀ 420, 499B, 499C ਅਤੇ 120B ਦਾ
ਜੁਰਮ ਕੀਤਾ ਇਹਨਾਂ ਨੇ, ਉਹਦੇ ਮੁਤਾਬਕ ਇਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ। ਪੁੱਛਗਿੱਛ ਦੇ ਵਿੱਚ ਵੀ ਮੰਨਿਆ ਅਤੇ ਸਾਡੀ ਮੁਖਬਰੀ ਦੇ ਵਿੱਚ ਵੀ ਜਿਹੜਾ ਆਇਆ ਸੀਗਾ ਰਾਜਵੀਰ ਜਿਹੜਾ ਹੈ ਪੁੱਤਰ ਪ੍ਰਕਾਸ਼ ਉਰਫ ਸਰਦਾਰ ਪਿੰਡ ਸਿੰਘਪੁਰਾ, ਉਹਦੇ ਤੋਂ ਇਹ ਲੈ ਕੇ ਆਏ ਸੀ ਅਤੇ ਉਹਦੇ ਰੇਡ ਕਰਕੇ ਅਜੇ ਉਹਨੂੰ ਗ੍ਰਿਫਤਾਰ ਕੀਤਾ ਜਾਣਾ ਅਤੇ ਹੋਰ ਵੀ ਇਹਨਾਂ ਤੋਂ ਪੁੱਛਗਿੱਛ ਕਰਨੀ, ਜਿਹੜਾ ਮਤਲਬ ਇਹ ਪੈਸੇ ਲੈ ਕੇ ਆਏ ਸੀ ਉਹਨਾਂ ਦੇ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ ਜੇ ਕੋਈ ਬਰਾਮਦਗੀ ਹੁੰਦੀ। ਇਹ ਮਤਲਬ ਜਿਹੜਾ ਰਾਜਵੀਰ ਹੈ ਜਿਹੜਾ ਸ਼ਮਸ਼ੇਰ ਸਿੰਘ ਉਰਫ ਬੱਬੂ ਦਾ ਰਿਸ਼ਤੇ ਦੇ ਵਿੱਚੋਂ ਚਾਚਾ ਲੱਗਦਾ ਹੈ, ਇਹ ਉਹਦੇ ਕੋਲੋਂ ਲੈ ਕੇ ਆਉਂਦੇ। ਮਤਲਬ ਸ਼ਮਸ਼ੇਰ ਸਿੰਘ ਬੱਬੂ ਅਤੇ ਸੰਦੀਪ ਸਿੰਘ ਪੁੱਤਰ ਸੁਖਦੇਵ ਕੁਮਾਰ, ਇਹ ਮਤਲਬ ਆਪਣਾ ਕੁੱਡਰਾਂ ਦਾ ਕੰਮ ਕਰਦੇ ਨੇ ਅਤੇ ਜਿਹੜਾ ਦੂਜਾ ਸੰਦੀਪ ਹੈ ਉਹ ਆਪਣਾ ਟੈਲਾਂ ਦਾ ਕੰਮ ਕਰ ਰਿਹਾ, ਟੈਲ ਫੈਕਟਰੀ ਦੇ ਵਿੱਚ ਧਨੇਠੇ ਕੰਮ ਕਰ ਰਿਹਾ। ਇਹਨਾਂ ਦਾ ਪੁਲਿਸ ਰਿਮਾਂਡ ਲਾਂਗੇ, ਪੁਲਿਸ ਰਿਮਾਂਡ ਦੇ ਵਿੱਚ ਜਿਹੜੇ ਮਤਲਬ ਹੋਰ ਇਹਨਾਂ ਦੇ ਸਾਥੀ ਨੇ ਅਤੇ ਜਿਹੜੇ ਪੈਸੇ ਵੀ ਹੋਰ ਕਿੱਥੇ ਕਿੱਥੇ ਮਤਲਬ ਇਹਨਾਂ ਨੇ ਚਲਾਏ ਨੇ ਅਤੇ ਬਾਕੀ ਰਾਜਵੀਰ ਦੇ ਟਿਕਾਣਿਆਂ ਦੇ ਬਾਰੇ ਜਿਹੜਾ ਮਤਲਬ ਮੇਨ ਸਰ ਕਰਨਾ ਹੈ ਉਹਨਾਂ ਦੇ ਟਿਕਾਣਿਆਂ ਦੇ ਬਾਰੇ ਪਤਾ ਕੀਤਾ ਜਾਣਾ ਅਤੇ ਹੋਰ ਮਤਲਬ ਜਲਦੀ ਤੋਂ ਜਲਦੀ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ। ਸੰਦੀਪ ਪੁੱਤਰ ਸੰਦੀਪ ਦਾ